ਜੀ ਦੋਸਤੋ ਵੈਲਕਮ ਕਰਦੇ ਤੁਹਾਡੇ ਰਵਾਵ ਟੀਵੀ ਚੈਨਲ ਦੇ ਵਿੱਚ ਅੱਜ ਬੜੀ ਵੀਡੀਓ ਹੈ ਸਿੱਧੂ ਮੂਸੇਵਾਲੇ ਦੇ ਪਿਤਾ ਅਤੇ ਮਾਤਾ ਇੰਡੀਆ ਛੱਡ ਕੇ ਬਾਹਰ ਚਲੇ ਗਏ ਨੇ ਕਿਉਂ ਚਲੇ ਗਏ ਨੇ ਕੀ ਕਾਰਨ ਨੇ ਉਹਨਾਂ ਨੇ ਪਹਿਲਾਂ ਕੁਝ ਦਿਨ ਪਹਿਲਾਂ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਮੈਂ ਇੰਡੀਆ ਛੱਡ ਕੇ ਚਲਾ ਜਾਵਾਂਗਾ ਤੇ ਹੁਣ ਉਹ ਕਿਉਂ ਗਏ ਤੁਹਾਨੂੰ ਵੀਡੀਓ ਵਿੱਚ ਪੂਰੀ ਜਾਣਕਾਰੀ ਦੇਵਾਂਗੇ ਅਗਰ ਤੁਸੀਂ ਵੀ ਸਿੱਧੂ ਮੂਸੇਵਾਲੇ ਦੇ ਫੈਨ ਹੋ ਤਾਂ ਕਮੈਂਟ ਬਾਕਸ ਵਿੱਚ ਜਸਟਿਸ ਫੌਰ ਸਿੱਧੂ ਮੂਸੇਵਾਲਾ ਲਿਖਣਾ ਨਵਾਂ ਪੁੱਲ ਤਾਂ ਜੋ ਪੰਜਾਬ ਸਰਕਾਰ ਦੀਆਂ ਅੱਖਾਂ ਖੁੱਲ ਸਕਣ ਤੇ ਪੰਜਾਬ ਸਰਕਾਰ ਸਿੱਧੂ ਮੂਸੇਵਾਲੇ ਦੇ ਘਾਤ ਲਾ ਨੂੰ ਅੰਦਰ ਫੜ ਜੇਲ੍ਹ ਵਿੱਚ ਕਰਕੇ ਤੇ ਫਾਂਸੀ ਸਜ਼ਾ ਦੇ ਸਕਦੇ ਚਲੋ ਹੁਣ ਤੁਹਾਨੂੰ ਦੰਨਿਆ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਬਾਹਰ ਕਿਉਂ ਗਏ ਨੇ ਅਪਡੇਟ ਦੇ ਉੱਪਰ ਆ ਚੁੱਕਿਆ ਤੁਸੀਂ ਦੇਖ ਸਕਦੇ ਹੋ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਜੁਕੇ ਜਿਹੜੇ ਰਵਾਨਾ ਹੋ ਗਏ ਨੇ ਜੁਕੇ ਵੇ ਸਿੱਧੂ ਮੂਸੇਵਾਲੇ ਨੂੰ ਇਨਸਾਫ ਦਿਵਾਉਣ ਲਈ ਪ੍ਰਦਰਸ਼ਨ ਹੋ ਰਹੇ ਨੇ ਸਿੱਧੂ ਮੂਸੇਵਾਲੇ ਨੂੰ ਜਿਹੜਾ ਸ਼ਰਨਹਜ਼ਲੀ ਦੇਣ ਲਈ ਉੱਥੇ ਇੱਕ ਪ੍ਰੋਗਰਾਮ ਜਿਹੜਾ ਉਲੀਕਿਆ ਗਿਆ ਪੰਜਾਬ ਦੇ ਵਿੱਚੋਂ ਜਿਹੜਾ ਹਣ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਜਿਹੜੇ ਇੰਗਲੈਂਡ ਜੁਕੇ ਲਈ ਜਿਹੜਾ ਇਹ ਚਲੇ ਗਏ ਨੇ ਹੁਣ ਉੱਥੇ ਜਿਹੜਾ ਇੱਕ ਸਮਾਗਮ ਰੱਖਿਆ ਗਿਆ ਸਿੱਧੂ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਲਈ ਉਹਦੇ ਵਿੱਚ ਜਾਣ ਤੋਂ ਬਾਅਦ ਉਹ ਇੰਡੀਆ ਵਾਪਸ ਆ ਜਾਣਗੇ ਅਗਰ ਤੁਸੀਂ ਵੀ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਦੇ ਹੋ ਤਾਂ ਕਮੈਂਟ ਬਾਕਸ ਵਿੱਚ ਜਸਟਿਸ ਫਾਰ ਸਿੱਧੂ ਮੂਸੇਵਾਲਾ ਲਿਖਣਾ ਨਾ ਭੁੱਲਣਾ ਇਹੋ ਜਿਹਾ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਏ ਬਾਏ ਜੈ ਹਿੰਦ